ਬਿਲਕੁਲ ਦਲਜੀਤ ਭਰਾ ਆਪਣਾ ਜੀ ਦੇਖੋ, ਮੈਂ ਹਮੇਸ਼ਾ ਇਹ ਗੱਲ ਕਹਿ ਰਿਹਾ ਹੁੰਦਾ ਕਈ ਵਾਰੀ ਕਿ ਲੈਫਟ ਰਾਈਟ ਚੀਜ਼ਾਂ ਉਹੀ ਹੋਈ ਜਾਂਦੀਆਂ ਨੇ, ਹੈਨਾ ਅਸੀਂ ਤਾਂ ਅੱਗੇ ਵੀ ਕਦੇ ਕੋਈ ਇੱਦਾਂ ਦੀ ਚੀਜ਼ ਨਹੀਂ ਹੋਈ ਹੈਗੀ, ਹੁਣ ਵੀ ਨਹੀਂ ਹੋਈ। ਸਹਿਗਤ ਵਾਂਗ ਪਿਛਲੇ 4-5 ਦਿਨ ਦਾ ਜਿੱਦਣ ਦੀ ਉਹਨੇ ਪੋਸਟ ਪਾ ਕੇ ਸ਼ੇਅਰ ਕੀਤਾ ਛਿੰਦੇ ਵਾਲਾ, ਉਦਣ ਦਾ ਸਾਰੇ ਇਸ ਚੀਜ਼ ਨੂੰ ਕਿਤੇ ਕੋਈ ਵਧੀਆ ਚੀਜ਼ਾਂ। ਮੈਨੂੰ ਇਹ ਲੱਗਦਾ ਕਿ ਇੰਡਸਟਰੀ 'ਚ ਮੈਂ ਹਮੇਸ਼ਾ ਕਹਿਣਾ ਕਿਸੇ ਦੀ ਫਿਲਮ ਹੈ ਜੇ ਪੰਜਾਬੀ ਫਿਲਮ ਹੈ ਤਾਂ ਉਹ ਸਾਡੀ ਫਿਲਮ ਹੈ, ਬਸ ਸਾਰਿਆਂ ਦੀ ਆ। ਸਾਰੇ ਅਸੀਂ ਟੀਮ ਖੜੇ ਆ, ਅੱਜ ਸਾਨੀ ਸਾਹਿਬ ਖੜੇ ਆ, ਕੱਲ ਨੂੰ ਇਹ ਕਿਸੇ ਹੋਰ ਦੀ ਫਿਲਮ ਨਾਲ ਉਰੇ ਖੜੇ ਹੋਣਗੇ ਕੀ ਉਹ ਸਾਡੀ ਫਿਲਮ ਨਹੀਂ, ਸਾਡੇ ਭਰਾ ਨੇ। ਹਰਦੀਪ ਭਾਜੀ ਨਾਲ ਅਸੀਂ ਬੜੇ ਟਾਈਮ ਬਾਅਦ, ਮਤਲਬ ਪਹਿਲਾਂ ਇੱਕ ਫਿਲਮ 'ਚ ਕੰਮ ਕੀਤਾ ਸੀ, ਬਹੁਤ ਛੋਟਾ ਕੰਮ ਸੀਗਾ ਉਹ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਬੜੇ ਟਾਈਮ ਬਾਅਦ ਕਰ ਰਹੇ ਹਾਂ, ਪਰ ਕਦੇ ਸਾਨੂੰ ਇਹ ਥੋੜ੍ਹੀ ਲੱਗਿਆ ਕਿ ਅਸੀਂ ਇੱਕ ਦੂਜੇ ਦੇ ਪਾਰਟ ਨਹੀਂ ਗਏ, ਜਾਂ ਅਸੀਂ ਭਰਾ ਨਹੀਂ ਗਏ, ਜਾਂ ਅਸੀਂ ਇਹਨਾਂ ਨੂੰ ਆਪਣਾ ਨਹੀਂ ਸਮਝਦੇ ਹੈਗੇ। ਸੋ ਮੈਂ ਜਾਣਾ, ਮੈਂ ਅੰਮ੍ਰਿਤਸਰ ਜਾਣਾ ਤਾਂ ਮੈਂ ਇਹਨਾਂ ਕੋਲ ਜਾ ਕੇ ਆਉਣਾ, ਇਹਨਾਂ ਦੇ ਘਰ ਜਾ ਕੇ ਆਉਣਾ। ਸੋ ਇੱਕ ਫੈਮਿਲੀ ਬੌਂਡਿੰਗ ਆ, ਸਾਰਾ ਪਰਿਵਾਰ ਆਪਣਾ ਹੈ। ਸੋ ਅੱਜ ਕੋਈ ਵੀ ਐਕਟਰ ਆ, ਕੋਈ ਵੀ ਸਿੰਗਰ ਆ, ਸਾਡੇ ਸਾਰੇ ਭਰਾ ਨੇ। ਔਰ ਮੈਨੂੰ ਲੱਗਦਾ ਕਿ ਇਹ ਚੀਜ਼ ਬਿਲਕੁਲ ਹੀ ਖਤਮ ਕਰਨੀ ਚਾਹੀਦੀ ਆ, ਬਿਲਕੁਲ। ਔਰ ਅਕਸਰ ਤੌਰ ਤੇ ਪ੍ਰੈਸ ਵਾਲਿਆਂ ਨੂੰ ਮੈਨੂੰ ਇੱਕ ਰਿਕੁਐਸਟ ਆ, ਆ ਤਾਂ ਤੁਸੀਂ ਸਵਾਲ ਇਹਨਾਂ ਪੁੱਛਿਆ ਕਰੋ ਕਿਸੇ ਨੂੰ ਕਿ ਗਰੁੱਪ ਬਣੇ ਹੋਏ ਨੇ। ਕੋਈ ਗਰੁੱਪ ਗਰੱਪ ਨਹੀਂ, ਜਿਹਦੇ ਕੋਲ ਕੰਮ ਨਹੀਂ ਨਾ, ਜਿਹਨੂੰ ਕੋਈ ਕੰਮ ਨਹੀਂ ਦਿੰਦਾ ਉਹਨੂੰ ਕੋਈ ਕੰਮ ਨਹੀਂ ਮਿਲਦਾ ਹੈਗਾ, ਉਹ ਕਹਿੰਦਾ ਗਰੁੱਪ ਬਣੇ ਹੋਏ ਨੇ। ਅੱਜ ਜਿਹੜੇ ਵਧੀਆ ਐਕਟਰ ਨੇ, ਭਾਜੀ ਹੁਣੀ ਹਰਦੀਪ ਭਾਜੀ ਸਾਡੀਆਂ ਫਿਲਮਾਂ 'ਚ ਕੰਮ ਕਰਦੇ ਆ, ਇਹ ਅਮਰਿੰਦਰ ਦੀਆਂ ਫਿਲਮਾਂ 'ਚ ਵੀ ਕੰਮ ਕਰਦੇ ਆ, ਇਹ ਦੂਜੀਆਂ 'ਚ ਵੀ ਕਰਦੇ ਆ, ਆਹ ਪ੍ਰਿੰਸ ਮੇਰੇ ਨਾਲ ਵੀ ਕਰਦਾ, ਇਹ ਦਲਜੀਤ ਨਾਲ ਵੀ ਕਰਕੇ ਆਇਆ, ਹੋਰਾਂ ਨਾਲ ਵੀ ਕਰਦਾ, ਅਸੀਂ ਐਮੀ ਨਾਲ ਵੀ ਕਰ ਰਹੇ ਹਾਂ, ਅਸੀਂ ਤਾਂ ਆਪ ਇਕੱਠੇ ਕਰ ਰਹੇ ਹਾਂ। ਸੋ ਮਤਲਬ ਇਹੋ ਜਿਹਾ ਬਿਲਕੁਲ ਹੀ ਕੁਛ ਨਹੀਂ ਗਾ। ਸੋ ਇਹ ਚੀਜ਼ਾਂ ਨੂੰ ਬਿਲਕੁਲ ਨਾ ਇੱਦਾਂ ਕਰਿਆ ਕਰੋ। ਬਿਲਕੁਲ 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 ਮੈਂ ਸਮਝਦਾ ਕਈ ਵਾਰ ਤੈਨੂੰ ਬੜਾ ਮੁਕੱਦਸ ਦਿਨ ਹੈ, ਤੇ ਹੰਬਲ ਮੋਸ਼ਨ ਜਿੱਫੀ ਬਾਈ ਹੋਣਾ, ਸ਼ਾਮੜਾ ਸਾਹਿਬ ਔਰ ਪ੍ਰਦੇਸ਼ ਕਪੂਰੀਆ ਸਾਹਿਬ ਨੇ ਪੰਜਾਬੀ ਸਿਨੇਮੇ ਦਾ ਜਿਹੜਾ ਸ਼ਮਲਾ ਹੋਰ ਉੱਚਾ ਕਰ ਦਿੱਤਾ। ਤੇ ਪੰਜਾਬੀ ਸਿਨੇਮਾ ਬਹੁਤ ਅਮੀਰ ਹੈ, ਜਿਹਦੇ ਕੋਲ ਸ਼ਿੱਦੇ ਮੁੰਡੇ ਵਰਗੇ ਅਦਾਕਾਰ ਨੇ, ਔਰ ਪੰਜਾਬੀ ਸਿਨੇਮਾ ਜਿੰਦਾਬਾਦ ਹੈ, ਹਮੇਸ਼ਾ ਜਿੰਦਾਬਾਦ ਰਹੇਗਾ। ਦੇਖੋ ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਹ ਮੈਨੂੰ ਕਹਿੰਦੇ ਕਿ ਤੂੰ ਮੈਨੂੰ ਏਦਾਂ ਨਾ ਕਿਹਾ ਕਰ ਕਿ ਪਦਮ ਸ਼੍ਰੀ, ਮੈਂ ਕਿਹਾ ਜੀ ਅਸੀਂ ਤਾਂ ਕਹਾਂਗੇ, ਸਾਨੂੰ ਮਿਲਿਆ ਅਸੀਂ ਤਾਂ ਕਹਾਂਗੇ। ਸੋ ਸਾਡੀ ਤਾਂ ਪੱਗ 'ਚ ਤੁਰਲਾ ਕੱਢ ਹੋਇਆ, ਔਰ ਸਾਨੂੰ ਸਾਡੀ ਖੁਸ਼ ਨਸੀਬੀ ਆ। ਸੋਹੀ ਸਾਹਿਬ ਗਏ, ਸੋਹੀ ਸਾਹਿਬ ਹੋ ਗਏ, ਰਿਸ਼ੀ ਮੈਮ ਹੋ ਗਏ, ਕਿ ਅਸੀਂ ਇਹਨਾਂ ਦੇ ਨਾਲ ਕੰਮ ਕਰ ਰਹੇ ਹਾਂ, ਅਸੀਂ ਤਾਂ ਸਾਰੀਆਂ ਚੀਜ਼ਾਂ ਸਿੱਖ ਹੀ ਇਹਨਾਂ ਤੋਂ ਰਹੇ ਹਾਂ। ਸੋ ਮੇਰੇ ਲਈ ਤਾਂ ਬਹੁਤ, ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ। ਮੈਂ ਤਾਂ ਅੱਗੇ ਹੁਣ ਫਿਲਮ ਸਾਡੀ ਅਰਦਾਸ ਆ ਰਹੀ ਆ, ਸੋ ਉਹਦੇ 'ਚ ਸਾਰਾ ਪਾਰਟ, ਜਿੰਨੀ ਅਸੀਂ ਲੰਬੀ ਜਰਨੀ ਹਜ਼ੂਰ ਸਾਹਿਬ ਤੱਕ ਜਾ ਕੇ ਆਏ ਹਾਂ, ਸੋ ਉਹ ਇੱਕ ਅਲੱਗ ਚੀਜ਼ ਹੈ। ਇਹਦੇ ਜਿੰਨੇ ਵੀ ਮੈਂਬਰ ਆ ਟੀਮ ਦੇ, ਦੂਸਰੇ ਇੰਨੇ ਚੰਗੇ ਨੇ ਨਾ, ਮੈਂ ਕਹਿੰਦੇ ਘਰ ਦਾ ਵੀ ਮਾਹੌਲ ਨਹੀਂ ਹੁੰਦਾ ਜਿੰਨੀ ਉਹ ਸਾਡੀ ਲੁੱਕ ਐਪ ਕਰਦੇ ਨੇ, ਤੇ ਮੈਂ ਇਹਦੇ ਸਾਨੂੰ ਪੀਸੀ ਸਾਨੂੰ ਕਰਾਇਆ, ਇਹਦੇ ਬਾਰ ਬਾਰ ਸ਼ੁਕਰੀਆ ਸ਼ੁਕਰੀਆ। ਅਰੇ ਜਿੰਨਾ ਹੁਣ ਆ ਗਿਆ, ਹੁਣ ਤੁਸੀਂ ਸਿਰ ਮੇ ਜੀ ਦੇਖੋ ਸ਼ਿੰਦੇ ਨੂੰ, ਹੈ ਨਹੀਂ ਹੈ ਨਹੀਂ, ਉਹ ਕਹਿੰਦਾ ਹੁਣ ਗੱਲਾਂ ਗਈਆਂ ਬਸ, ਉਹ ਕਹਿੰਦਾ ਇਹਨਾਂ ਤੋਂ ਹੀ ਲੈ ਲਓ, ਜਿਹੜੇ ਪੁਰਾਣੇ ਬਾਪੂ ਤੋਂ ਹੀ ਲੈ ਲਓ, ਜਿਹੜੀਆਂ ਮਾਈਟਾਂ ਮੁੱਟਾਂ ਲੈਣੀਆਂ।